ਆਜ਼ਾਦ ਉਮੀਦਵਾਰ ਜਿਨ੍ਹਾਂ ਦਾ ਚੋਣ ਨਿਸ਼ਾਨ ਬੈਟਰੀ ਟਾਰ, ਇਹਨਾਂ ਨੂੰ ਕਾਮਯਾਬ ਕਰੋ। ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ। ਬੈਟਰੀ ਟਾਰ। ਮੇਰਾ ਨਾਮ ਤਜਿੰਦਰ ਹੈ ਜੀ, ਅਤੇ ਮੈਂ ਚਾਹੁੰਦਾ ਵੀ ਆਪਣਾ ਯੂਥ ਅੱਗੇ ਆਵੇ, ਨਸ਼ੇ ਤੋਂ ਮੁਕਤ ਹੋਵੇ ਪੰਜਾਬ, ਸਾਰਿਆਂ ਨੂੰ ਨੌਕਰੀਆਂ ਮਿਲਣ, ਅਤੇ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਵੀ ਭਾਈ ਸਾਹਿਬ ਨਾਲ ਅਸੀਂ ਨਾਲ ਜੁੜ ਕੇ ਖੜੀਏ, ਇਹਨਾਂ ਨੂੰ ਸਪੋਰਟ ਅਸੀਂ ਪੂਰੀ ਕਰਾਂਗੇ, ਅਤੇ ਹਰ ਘਰ ਦੇ ਵਿੱਚ ਮੈਂ ਕਹਿੰਦਾ ਨੌਕਰੀਆਂ ਮਿਲਣ, ਨਸ਼ੇ ਛੁੱਟਣ, ਸਾਡੇ ਤਾਂ ਇਹੀ ਬਸ ਹੈਗੀ ਜੀ। ਕਰਨ ਦਿੱਤੀ ਜੀ, ਮੈਂ ਤਾਂ ਇਹ ਚਾਹੁੰਦਾ ਜੀ ਆਪਣਾ ਕੋਈ ਨਸ਼ਾ ਪੱਤਾ ਮੁੰਡੇ ਦੂਰ ਰਹਿਣ, ਇਸ ਕਰਕੇ ਆਪਣਾ ਹੁਣ ਜਿਵੇਂ ਆਪਣੇ ਜਗਦੀਪ ਭਾਈ ਆ ਅੱਗੇ ਆਏ ਨੇ, ਇਹਨਾਂ ਨੂੰ ਆਪਣਾ ਵੋਟ ਪਾ ਕੇ ਕਾਮਯਾਬ ਬਣਾਈਏ, ਅਤੇ ਵੱਧ ਤੋਂ ਵੱਧ ਮਤੇ 'ਤੇ ਇਹਨਾਂ ਨੂੰ ਜਿੱਤ ਹਾਸਲ ਕਰਾਈਏ, ਅਤੇ ਸਾਡਾ ਤਾਂ ਇਹੀ ਹੈ ਆਪਣਾ ਜਿਹੜੇ ਵੋਟਾਂ ਪਾਉਣ ਜਗਦੀਪ ਭਾਈ ਨੂੰ ਕਰਨ। ਮੇਰਾ ਨਾਮ ਵਿਸ਼ਾਲ ਪੱਤਾ ਜੀ, ਮੈਂ ਜਸਦੀਪ ਸਿੰਘ ਖੁੱਡੀ ਜੀ ਨਾਲ ਇਸ ਗੱਲ ਨਾਲ ਜੁੜਿਆ, ਕਿਉਂਕਿ ਇਹਨਾਂ ਨੇ ਨੌਜਵਾਨਾਂ ਦੀ ਨਵਜਤ ਨੂੰ ਟਟੋਲਿਆ। ਇਹ ਜਾਣਦੇ ਕਿ ਨੌਜਵਾਨ ਨੂੰ ਅੱਜ ਦੀ ਡੇਟ ਵਿੱਚ ਕੀ ਚਾਹੀਦਾ। ਦੇਖੋ ਜੀ, ਸਾਡੇ ਪੰਜਾਬ ਦੀ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਇੱਕ ਬੇਰੁਜ਼ਗਾਰੀ ਆ, ਇੱਕ ਨਸ਼ਾ, ਅਤੇ ਇਹਨਾਂ ਨੇ ਉਪਰਾਲਾ ਚੁੱਕਿਆ ਕਿ ਕਹਿੰਦੇ ਨਾ ਹੀ ਤਾਂ ਅਸੀਂ ਕੋਈ ਬੇਰੁਜ਼ਗਾਰ ਰਹਿੰਦੇ ਨਾ, ਜੇ ਕਿਤੇ ਬੇਰੁਜ਼ਗਾਰੀ ਖਤਮ ਹੋ ਜੂ, ਹਰ ਨੌਜਵਾਨ ਬੀਜੀ ਹੋ ਜੂਗਾ, ਅਤੇ ਨਸ਼ੇ ਵਾਲੇ ਪਾਸੇ ਜਾਊਗਾ ਨਹੀਂ ਆਪਣੇ ਆਪ। ਮੈਂ ਬਸ ਜ਼ਿਆਦਾ ਨਾ ਕੋਈ ਬੋਲਦੇ ਹੋਏ ਮੈਂ ਇੱਥੇ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਕਿ ਸਾਡੇ ਆਪਣੇ ਇਹ ਸਾਨੂੰ ਜਗਦੀਪ ਸੋਢੀ ਸਾਨੂੰ ਕੰਮ ਕਰੇ ਦਿਖਾਉਣ, ਜੋ ਇਹਨਾਂ ਨੇ ਵਾਅਦੇ ਕੀਤੇ ਆ, ਅਤੇ ਉਹਦੇ ਸਾਡੀ ਪੂਰੀ ਮੇਰੀ ਅਤੇ ਮੇਰੇ ਸਾਰੇ ਯਾਰਾਂ ਦੋਸਤ ਆ ਜੀ, ਸਾਰੇ ਨੌਜਵਾਨਾਂ ਦੇ ਨਾਲ ਆ ਜੀ। ਮੇਰੀ ਸਾਰੇ ਸਭ ਨੂੰ ਅਪੀਲ ਹੈ ਜੀ, 19 ਤਰੀਕ ਨੂੰ 19 ਨੰਬਰ ਬਟਨ ਦਬਾ ਕੇ ਬੈਟਰੀ ਜੀ ਚੋਣ ਨਿਸ਼ਾਨ ਬੈਟਰੀ ਆ ਟੋਰਚ, ਉਹਨੂੰ ਅਤੇ ਜਗਦੀਪ ਸਿੰਘ ਸੋਢੀ ਜੀ ਨੂੰ ਅੱਗੇ ਵਧਾਈਏ ਆਪਾਂ ਪਾਰਲੀਮੈਂਟ ਤੱਕ। ਹੈਲੋ, ਮੇਰਾ ਨਾਮ ਰੁਪਿੰਦਰ ਸਿੰਘ ਆ ਜੀ, ਅਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਜਸਦੀਪ ਵੀਰ ਜੀ ਮੂਹਰੇ ਆਏ ਨੇਗੇ, ਇਹ ਦਲ ਜਿਹੜਾ ਉਪਰਾਲਾ ਕਰਨ ਲੱਗਿਆ ਬਹੁਤ ਹੀ ਵਧੀਆ ਵਾ ਜੀ, ਅਤੇ ਸੋ 19 ਤਰੀਕ ਨੂੰ 19 ਨੰਬਰ ਬਟਨ ਦੱਬ ਕੇ ਬੈਟਰੀ ਨੂੰ ਕਾਮਯਾਬ ਬਣਾਓ ਜੀ। ਥੈਂਕ ਯੂ ਜੀ। ਤੁਸੀਂ ਅੱਜ ਤੱਕ ਸਰਕਾਰਾਂ ਨੇ ਕੁਛ ਨਹੀਂ ਦਿੱਤਾ ਤਾਂ ਬਹੁਤ ਵਧੀਆ ਵਾ ਜਿਹੜਾ ਤੁਸੀਂ ਕਰ ਰਹੇ ਹੋ, ਜਿਹੜਾ ਤੁਸੀਂ ਨੌਜਵਾਨੀ ਦਾ ਨਸ਼ਾ ਸਭ ਖਤਮ ਕਰੋ, ਜਿਹੜਾ ਕਰੋ ਦੂਜੇ ਦੇ ਰਾਹ 'ਤੇ ਹੋਰ ਕੁਛ। ਮੇਰਾ ਨਾਮ ਹਰਜੀਤ ਸਿੰਘ ਹੈ ਜੀ, ਅਸੀਂ ਇਹ ਗੱਲ ਕਹਿੰਦੇ ਹਾਂ ਵੀ ਅੱਜ ਇੱਕ ਨੌਜਵਾਨ ਮੁੰਡਾ ਸਾਡਾ ਖੜ੍ਹਾ, ਉਹਨੂੰ ਬਰਾਬਰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜੋ, ਤਾਂ ਕਿ ਜਿਹੜੀਆਂ ਲੁਧਿਆਣੇ ਸ਼ਹਿਰ ਦੀਆਂ ਮੇਨ ਮੁਸ਼ਕਲਾਂ ਹੈਗੀਆਂ ਉਹਨਾਂ ਦਾ ਅਗੋ ਕਰ ਸਕਣ, ਜਵਾਬ ਦੇ ਸਕਣ, ਅਤੇ ਉਹਨੂੰ ਪੂਰੀਆਂ ਕਰ ਸਕਣ। ਸਾਡੇ ਤਾਂ ਹੀ ਹੈਗੇ ਵੀ ਤੁਸੀਂ ਜਿੱਤ ਕੇ ਜਾਓਗੇ, ਅਤੇ ਜਿੱਤ ਕੇ ਜਾ ਕੇ ਅਤੇ ਇੱਕ ਨੁਮਾਇੰਦਾ ਬਣ ਕੇ ਜਾਓ ਲੁਧਿਆਣੇ ਸ਼ਹਿਰ ਦਾ, ਅਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਅਸੀਂ ਪਹਿਲੇ ਦਿੰਦੇ ਹਾਂ ਐਡਵਾਂਸ ਮੁਬਾਰਕਾਂ ਦਿੰਦੇ ਹਾਂ ਕਿ ਤੁਸੀਂ ਜਿੱਤ ਕੇ ਜਾਓ। ਸਾਰਿਆਂ ਨੂੰ ਮੇਰੇ ਵੱਲੋਂ ਪਹਿਲਾਂ ਸਤਿ ਸ਼੍ਰੀ ਅਕਾਲ, ਮੈਂ ਨਿਸ਼ਾਂਤ ਹਾਂਡਾ, ਜੋ ਕਿ ਵੋਟਾਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਗੇ ਤੋਂ 10-12-70-80 ਸਾਲਾਂ ਤੋਂ ਕਾਂਗਰਸ ਅਤੇ ਅਕਾਲੀ ਸਰਕਾਰ ਆਉਂਦੀ ਸੀ, ਹਰ ਵਾਰ ਇਹ ਲੁੱਟ ਕੇ ਲੈ ਜਾਂਦੇ ਸੀਗੇ, ਅਤੇ ਹੁਣ ਮੈਂ ਚਾਹੁੰਦਾ ਕਿ ਹੁਣ ਨਵੀਂ ਇੱਥੇ ਸ਼ਹਿਰ ਦੇ ਵਿੱਚ ਆਪਣੇ ਬਦਲਾਵ ਲਿਆਇਆ ਜਾਵੇ। ਹੁਣ ਸਾਡੇ ਉਮੀਦਵਾਰ MP ਇਲੈਕਸ਼ਨਾਂ ਦੇ ਵਿੱਚ ਖੜ੍ਹੇ ਨੇ ਸ਼੍ਰੀ ਜਗਦੀਪ ਸਿੰਘ ਸੋਢੀ ਜੀ, ਜੋ ਕਿ ਦੁਬਰੀ ਇਲਾਕੇ ਦੇ ਰਹਿਣ ਵਾਲੇ ਨੇ, ਅਤੇ ਆਪਾਂ ਇਹਨਾਂ ਨੂੰ ਹੁਣ 19 ਮਈ 'ਤੇ 19ਵਾਂ ਬਟਨ ਦਬਾ ਕੇ ਇਹਨਾਂ ਨੂੰ ਕਾਮਯਾਬ ਬਣਾਈਏ, ਅਤੇ ਆਪਣੇ ਸ਼ਹਿਰ ਦੇ ਵਿੱਚ ਖੁਸ਼ਹਾਲੀ ਲਿਆਈਏ। ਮੇਰੇ ਵੱਲੋਂ ਤਾਂ ਇਹੀ ਦੁਆ ਕਿ ਸਾਰੇ 19 ਮਈ ਨੂੰ ਵੋਟ ਪਾ ਕੇ ਟੌਰਚ ਨੂੰ 19ਵਾਂ ਬਟਨ ਦਬਾਉਣ 19 ਮਈ ਨੂੰ, ਅਤੇ ਸ਼ਹਿਰ ਦੇ ਵਿੱਚ ਖੁਸ਼ਹਾਲੀ ਲਿਆਉਣ। ਕੈਮਰਾਮੈਨ ਰਮਨ ਔਲਖ ਦੇ ਨਾਲ ਨਿਤਿਨ ਗਰਗ ਦੀ ਰਿਪੋਰਟ, ਬ੍ਰੇਕਿੰਗ ਨਿਊਜ਼ ਪੰਜਾਬ।